ਤੁਸੀਂ ਵੇਖ ਰਹੇ ਹੋ ਜਸ ਪੰਜਾਬੀ, ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ। ਜਸ ਕੈਮਰੇ ਦੀ ਨਜ਼ਰ ਇਸ ਪ੍ਰੋਗਰਾਮ ਦੇ ਤਹਿਤ ਵਿਖਾਉਂਦੇ ਹਾਂ ਤੁਹਾਨੂੰ ਕੀ ਕੁਝ ਸਰਗਰਮੀਆਂ ਵਾਪਰੀਆਂ ਪਿਛਲੇ ਵੀਕ ਨੌਰਥ ਅਮਰੀਕਾ ਦੇ ਅੰਦਰ। ਸ਼ੁਰੂਆਤ ਸਭ ਤੋਂ ਵੱਡੀ ਅਤੇ ਪਹਿਲੀ ਖਬਰ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਕਈ ਸਾਰੀ ਫੰਡ ਰੇਜ਼ਿੰਗ ਪ੍ਰੋਗਰਾਮ ਅਸੀਂ ਵੱਖ ਵੱਖ ਥਾਵਾਂ ਦੇ ਉੱਤੇ ਵੇਖਦੇ ਹਾਂ। ਕੁਈਨਸ ਦੇ ਵਿੱਚ ਇਸ ਵਾਰ ਮਾਹੌਲ, ਸਿਆਸੀ ਮਾਹੌਲ ਜਿਹੜਾ ਉਹ ਬਹੁਤ ਗਰਮਾਇਆ ਹੋਇਆ, ਕਿਉਂਕਿ ਕਿਊਨਸ ਬੋਰੋ ਪ੍ਰੈਜ਼ੀਡੈਂਟ ਦੇ ਲਈ ਚੋਣਾਂ ਹੋਣਗੀਆਂ। 24 ਅਪ੍ਰੈਲ ਨੂੰ ਮਤ ਪੈਣਗੇ, ਵੇਖਣਾ ਹੋਏਗਾ ਕਿ ਕਿਹੜਾ ਕੈਂਡੀਡੇਟ ਜਿੱਤ ਕੇ ਸਾਹਮਣੇ ਆਉਂਦਾ। ਲੇਕਿਨ ਪੰਜਾਬੀਆਂ ਨੇ ਆਪਣੀ ਕਮਰ ਕੱਸ ਲਈ ਹੈ। ਕੁਈਨਸ ਦੇ ਵਿੱਚ ਪੰਜਾਬੀ ਡੋਨੋਵਨ ਰਿਚਰਡਸ ਦੀ ਹਿਮਾਇਤ ਕਰਦੇ ਹੋਏ ਨਜ਼ਰ ਆ ਰਹੇ ਹਨ ਔਰ ਡੋਨੋਵਨ ਰਿਚਰਡਸ ਦੀ ਫੰਡ ਰੇਜ਼ਿੰਗ ਦਾ ਪ੍ਰੋਗਰਾਮ ਬਕਾਇਦਾ ਸੋਹਣਾ ਪੰਜਾਬ ਰੈਸਟੋਰੈਂਟ ਯੂਨੀਅਨ ਟਰਨ ਪਾਈਕ ਵਿਖੇ ਰੱਖਿਆ ਗਿਆ। ਇਸ ਪ੍ਰੋਗਰਾਮ ਦੀ ਮੇਜ਼ਬਾਨੀ ਸੰਜੀਵ ਜਿੰਦਲ ਨੇ ਕੀਤੀ ਅਤੇ ਮੁੱਖ ਸਪੋਂਸਰ ਵਜੋਂ ਜਸਵਿੰਦਰ ਜੌਹਲ, ਦੀਪਕ ਭਾਰਦਵਾਜ, ਕੁਲਵੰਤ ਸਿੰਘ, ਚਰਨਜੀਤ ਸਿੰਘ ਅਤੇ ਧਰਮਪਾਲ ਸ਼ਰਮਾ ਸਾਹਮਣੇ ਆਏ, ਜਿਨ੍ਹਾਂ ਨੇ ਇਸ ਫੰਡ ਰੇਜ਼ਿੰਗ ਪ੍ਰੋਗਰਾਮ ਦੇ ਵਿੱਚ ਨਾ ਕਿ ਸਿਰਫ ਡੋਨੋਵਨ ਰਿਚਰਡਸ ਦੀ ਸ਼ਲਾਘਾ ਕੀਤੀ ਬਲਕਿ ਸੰਜੀਵ ਜਿੰਦਲ ਨੂੰ ਵੀ ਧੰਨਵਾਦ ਕਰਦੇ ਹੋਏ ਨਜ਼ਰ ਆਏ, ਕਿਉਂਕਿ ਬਹੁਤ ਹੀ ਸੋਹਣੇ ਢੰਗ ਦੇ ਨਾਲ, ਬਹੁਤ ਹੀ ਇੰਪ੍ਰੈਸਿਵ ਇਹ ਪ੍ਰੋਗਰਾਮ ਸੀਗਾ ਔਰ ਬਹੁਤ ਹੀ ਪੰਕਚੁਐਲਿਟੀ ਇਸ ਪ੍ਰੋਗਰਾਮ ਦੇ ਵਿੱਚ ਵੇਖਣ ਨੂੰ ਮਿਲੀ। ਇੱਕ ਮੰਚ ਦੇ ਉੱਤੇ ਪਹਿਲੀ ਵਾਰ ਕੁਈਨਸ ਦੇ ਵਿੱਚ ਵੇਖਣ ਨੂੰ ਮਿਲਿਆ ਕਿ ਡਾਕਟਰਸ, ਇੰਜੀਨੀਅਰਸ ਅਤੇ ਤਮਾਮ ਹੋਰ ਕਾਰੋਬਾਰੀ ਇੱਕ ਮਤ ਡੋਨੋਵਨ ਰਿਚਰਡਸ ਦੀ ਨੂੰ ਦਿੰਦੇ ਹੋਏ ਨਜ਼ਰ ਆਏ ਔਰ ਉਹਨਾਂ ਨੇ ਕਿਹਾ ਕਿ ਅਸੀਂ ਜ਼ਰੂਰ ਡੋਨੋਵਨ ਰਿਚਰਡਸ ਨੂੰ ਕੁਈਨਸ ਬੋਰੋ ਦਾ ਪ੍ਰੈਜ਼ੀਡੈਂਟ ਵੇਖਣਾ ਚਾਹੁੰਦੇ ਹਾਂ ਅਤੇ ਵੱਖ ਵੱਖ ਕਮਿਊਨਿਟੀ ਲੀਡਰਸ, ਵੱਖ ਵੱਖ ਕਾਰੋਬਾਰੀ ਅਤੇ ਵੱਖ ਵੱਖ ਪ੍ਰੋਫੈਸ਼ਨਲਸ ਇੱਕ ਮੰਚ ਦੇ ਉੱਤੇ ਪਹੁੰਚੇ ਜਦ ਸੰਜੀਵ ਜਿੰਦਲ ਹੋਰਾਂ ਨੇ ਬੁਲਾਵਾ ਦਿੱਤਾ। ਅਤੇ ਆਓ ਵੇਖਦੇ ਹਾਂ ਕੀ ਕੁਝ ਖਾਸ ਰਿਹਾ ਇਸ ਫੰਡ ਰੇਜ਼ਿੰਗ ਪ੍ਰੋਗਰਾਮ ਵਿੱਚ ਇਸ ਰਿਪੋਰਟ ਦੇ ਤਹਿਤ। ਮਾਈ ਮੈਂਟਰ, ਮਾਈ CEO ਪੈਨੀ ਕੇ ਸੰਧੂ, ਸ਼ੀ ਕਾਂਟ ਮੇਕ ਇਟ ਟੂਡੇ ਬਿਕੋਜ਼ ਸ਼ੀ ਇਜ਼ ਇਨ ਕੈਲੀਫੋਰਨੀਆ। ਵੀ ਆਰ ਓਪਨਿੰਗ ਅ ਸਟੂਡੀਓ ਇਨ ਕੈਲੀਫੋਰਨੀਆ ਟੂ, ਬਟ ਸਾਰੀ ਡਿਗਨਿਟਰੀਜ਼ ਇੱਥੇ ਬੈਠੀਆਂ। ਸੰਜੀਵ ਸੁਜੈਸਟਿਡ ਮੀ ਕਿ ਸਿੰਸ ਵੀ ਆਰ ਟਾਕਿੰਗ ਅਬਾਊਟ ਆਰ ਮਦਰਲੈਂਡ, ਵੀ ਆਰ ਟਾਕਿੰਗ ਅਬਾਊਟ ਪੰਜਾਬ ਇਸ਼ੂ, ਬਟ ਹੀ ਇਜ਼ ਦਾ ਵਨ ਹੂ ਇਨਕਰੇਜ ਮੀ ਕਿ ਹਰਕੀਰਤ, ਲੈਟਸ ਟਾਕ ਅਬਾਊਟ ਅਮੈਰੀਕਾ, ਲੈਟਸ ਟਾਕ ਅਬਾਊਟ ਅਮੈਰੀਕਨ ਪੋਲੀਟਿਕਸ। ਐਵਰੀ ਵਨ ਪਰਸਨ ਵਾਸ ਸਿਟਿੰਗ ਇਨ ਦਿਸ ਆਡੀਅੰਸ ਐਜ ਏ ਪੋਲੀਟੀਕਲ ਲੀਡਰ, ਆਈ ਕੈਨ ਟੈਲ ਯੂ ਈਚ ਵਨ ਆਫ ਦੈਮ ਆਰ ਏ ਲੀਡਰ। ਆਈ ਐਮ ਵੈਰੀ ਸਰਪ੍ਰਾਈਜ਼ਡ ਐਂਡ ਸ਼ਾਕਡ, ਆਈ ਸ਼ੁੱਡ ਨਾਟ ਬੀ ਬਟ ਆਈ ਐਮ ਦ ਲੀਡਰਸ ਲੀਡਰ ਐਂਡ ਮਾਈ ਬ੍ਰਦਰ ਐਂਡ ਦੀਜ਼ ਓਨਰੇਬਲ ਮਾਈ ਫਰੈਂਡਸ ਸਿਟਿੰਗ ਔਨ ਦ ਡਾਇਸ ਵਿਦ ਯੂ, ਸ਼ੇਅਰਿੰਗ ਦ ਡਾਇਸ ਵਿਦ ਯੂ, ਟੂ ਹੈਵ ਐਵਰੀਬਡੀ ਪ੍ਰੈਜੈਂਟ ਹੇਅਰ ਕਮਿਟਿੰਗ ਐਂਡ ਕਮਿਟਿਡ ਯੂਅਰ ਕਮਿਟਮੈਂਟ, ਯੂਅਰ ਪ੍ਰੈਜੈਂਸ ਟੂ ਦਿਸ ਕਮਿਊਨਿਟੀ, ਦ ਮੋਸਟ ਵਾਇਬ੍ਰੈਂਟ, ਹਾਰਡ ਵਰਕਿੰਗ ਐਂਡ ਕਮਿਟਿਡ ਕਮਿਊਨਿਟੀ, ਨਾਟ ਓਨਲੀ ਔਨ ਦਿਸ ਆਫਿਸ, ਨੋ ਮੈਟਰ ਵਟ ਆਫਿਸ ਯੂ ਚੂਜ, ਦੇ ਵਿਲ ਬੀ ਯੂਅਰ ਬੈਕਬੋਨ। Beyond honored to be here, and I want to thank all of the hosts tonight as well. Thank you so much for not invested in me personally, because my name is now New York City Councilmember Donovan Richards, but soon to be Queensborough President of the Borough of Queens with your support and obviously your vote. But this investment is really not about me. This is about an investment in our communities. And when you think about for how long our communities have been starved of resources, how we've talked about those inequities that have historically existed in Queens County, we're looking to shake things up a little bit. And the only reason we're able to do that is because we have a new county leader, Congressman Gregory Meeks, and I know we're joined by Bob Simmons, who likes to be in the background. But when Congressman Meeks was elected the chairman of the party, one of the things he stressed was the importance of diversity, the importance of inclusiveness, the importance of not just saying we're going to have representation without taxation, with taxation, but that we're going to have people who move up in office who look like us, who are from our communities, who drink our water, who go to our schools, who live in our communities. So this is really an opportunity on March 24th to shake up
the system right here in Queens. So Donovan, how you're feeling after this wonderful support by the community? And they said that they already decided that you are the Queensborough president. Wow, I mean, this is overwhelming. We still got to get out and vote, so we take nothing for granted. March 24th is almost here, but the support was certainly overwhelming, and I'm humbled to have the support of the Sikh community. We want to make sure that we're really serving every corner of this borough, that the communities that have been living in the shadows, that may have not felt that they were getting the representation that they want or needed, is here. And we're ready to get to work day one to make sure that all of the issues that are important, infrastructure, our schools, housing, all of the issues that are important to this community and central to every individual in Queens County, is being addressed. And I'm honored to have the support, and I know, but by God's grace, we will cross the finish line with the support of the Sikh community. ਅਸੀਂ ਸਾਰੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਡੋਨਲਡ ਰਿਚਰਡ ਨੂੰ ਅਸੀਂ ਬੋਰੋ ਪ੍ਰੈਜ਼ੀਡੈਂਟ ਬਣਾਈਏ, ਜਿਸ ਤਰ੍ਹਾਂ ਵੀ ਜੋ ਵੀ ਸਾਡੇ ਕੋਲ ਸਪੋਰਟ ਹੋ ਸਕਦੀ ਆ ਆਪਣੀ ਕਮਿਊਨਿਟੀ ਦੇ. ਸਾਡੇ ਨਾਲ ਸਾਰੇ ਲੀਡਰ ਆ, ਮਾਸਟਰ ਮਹਿੰਦਰ ਜੀ ਹੁਣੀ ਖੜ੍ਹੇ ਆ, ਜਿਨ੍ਹਾਂ ਦੀ ਅਸੀਂ ਬਹੁਤ ਹੀ ਦਿਲੋਂ ਰਿਸਪੈਕਟ ਕਰਦੇ ਹਾਂ, ਬਾਰੇ ਸੁਲਝੇ ਔਰ ਜਿਨ੍ਹਾਂ ਕੋਲ ਨੌਲੇਜ ਆ, ਅਤੇ ਸਾਰੇ ਅਸੀਂ ਰਲ ਮਿਲ ਕੇ ਜਿੰਨੀ ਵੀ ਵੱਧ ਤੋਂ ਵੱਧ ਸਾਡੀ ਸਪੋਰਟ ਹੋਊਗੀ ਅਸੀਂ ਜ਼ਰੂਰ ਕਰਾਂਗੇ. ਬਾਕੀ ਅਸੀਂ ਕਮਿਊਨਿਟੀ ਲਈ, ਤੁਹਾਨੂੰ ਪਤਾ ਹੀ ਆ ਕਿ ਜਿੰਨੀ ਕੁ ਸਾਡੀ ਸਮਰੱਥਾ ਆ, ਅਸੀਂ ਹਰ ਇੱਕ ਲਈ ਸਪੋਰਟ ਲਈ ਰਾਜੀ ਹਾਂ. ਥੈਂਕ ਯੂ. ਆਪਣੇ ਵੱਲੋਂ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ, ਸਾਨੂੰ ਪੂਰੀ ਉਮੀਦ ਹੈ ਕਿ ਡੋਨ ਵਿੱਚ ਜਿੱਤ ਜਾਣਗੇ, ਅਤੇ ਜਿੰਨੇ ਵੀ ਸਾਤੋਂ ਤਨੋ ਮਨੋ ਧਨੋ ਜੋ ਵੀ ਸਾਡੀ ਹੈਲਪ ਹੋ ਸਕਦੀ, ਅਸੀਂ ਜ਼ਰੂਰ ਵੱਧ ਤੋਂ ਵੱਧ ਕਰਾਂਗੇ. ਵੀ ਨੋ ਦੈਟ ਵੀ ਆਰ ਫਸਟ ਇਮੀਗ੍ਰੈਂਟ, ਵੀ ਡਿਡ ਹਾਰਡ ਵਰਕ, ਬਟ ਨਾਓ ਇਟਸ ਦਾ ਟਾਈਮ ਟੂ ਜੁਆਇਨ ਦਾ ਪੋਲੀਟਿਕਸ ਐਂਡ ਟੂ ਇੰਜੋਏ ਦਾ ਫਰੂਟ ਐਂਡ ਫਰੀਡਮ ਆਫ ਦਿਸ ਕੰਟਰੀ. ਮੇਰੀਆਂ ਜੜ੍ਹਾਂ ਨੇ ਜ਼ਮੀਨ 'ਚ, ਅਤੇ ਦੂਜੀ ਤਮੰਨਾ ਅਸਮਾਨ ਨੂੰ ਛੂਹਣ ਦੀ. ਮੈਂ ਚਾਹੁੰਦਾ ਮੇਰੀ ਕਮਿਊਨਿਟੀ ਸਾਰੀ ਇਕੱਠੀ ਹੋ ਕੇ ਬੈਠੀ. ਮੈਨੂੰ ਪਤਾ ਯੂਨਿਟੀ 'ਚ ਕਿੰਨੀ ਪਾਵਰ ਹੁੰਦੀ ਆ. ਆਈ ਡੂ ਅੰਡਰਸਟੈਂਡ ਦੈਟ ਕਿ ਜਦੋਂ ਅਸੀਂ ਇਕੱਠੇ ਹੋ ਕੇ ਰੀਪ੍ਰਜੈਂਟ ਕਰਦੇ ਹਾਂ, ਅਤੇ ਪੰਜ ਉਂਗਲਾਂ ਵੀ ਜਦੋਂ ਇਕੱਠੀਆਂ ਹੋ ਜਾਂਦੀਆਂ ਨੇ ਅਤੇ ਮੁੱਠੀ ਬਣ ਜਾਂਦੀ ਹੈ ਅਤੇ ਤਾਕਤ ਹੋ ਜਾਂਦੀ ਹੈ. ਸਾਡੀ ਕਮਿਊਨਿਟੀ 'ਚ ਸਿਰਫ ਇਹ ਸੀ ਕਿ ਦੋ ਪਾਸੇ, ਤਿੰਨ ਪਾਸੇ ਜਾਂ ਪੰਜ ਪਾਸੇ ਅਸੀਂ ਜਾਂਦੇ ਸੀ, ਪਰ ਮੈਂ ਸਾਰੀ ਕਮਿਊਨਿਟੀ ਨੂੰ ਇੱਕ ਰਿਕੁਐਸਟ ਕੀਤੀ, ਇੱਕ ਹੰਬਲ ਰਿਕੁਐਸਟ ਕੀਤੀ. ਮੈਂ ਕਿਹਾ ਆਓ ਆਪਾਂ ਇੱਕ ਸਟੇਜ ਸਾਂਝੀ ਕਰਦੇ ਹਾਂ ਸਾਰੇ ਸਾਰੇ. ਠੀਕ ਹੈ, ਇੱਕ ਮਹਾਂਭਾਰਤ 'ਚ ਵਾਕਿਆ ਆਉਂਦਾ ਕਿ ਅਸੀਂ ਘਰੇ ਤਾਂ 100 ਅਤੇ 5 ਹੋ ਸਕਦੇ ਹਾਂ, ਪਰ ਅਸੀਂ ਬਾਹਰਲੇ ਬੰਦੇ ਲਈ 105 ਹੀ ਹਾਂ. ਅਤੇ ਸਾਨੂੰ ਆਪਣੇ ਗ੍ਰੰਥਾਂ ਤੋਂ, ਸ਼ਾਸਤਰਾਂ 'ਚੋਂ ਸਿੱਖਣਾ ਚਾਹੀਦਾ ਕਿ ਜਦੋਂ ਅਸੀਂ ਇਕੱਠੇ ਹੋ ਕੇ ਕੋਲੈਬੋਰੇਟਿਵ ਚੱਲਦੇ ਹਾਂ ਤਾਂ ਅਸੀਂ ਕੀ ਕੁਝ ਨਹੀਂ ਕਰ ਸਕਦੇ. ਅਸੀਂ ਉਹ ਸਾਰਾ ਕੁਝ ਕਰ ਸਕਦੇ ਹਾਂ. ਅੱਜ ਤੁਸੀਂ ਡੋਨੋਵਨ ਰਿਚਰਡ ਨੂੰ ਦੇਖਿਆ, ਯੈਸਟਰਡੇ ਜਦੋਂ ਅਸੀਂ ਐਡਰੀਅਨ ਐਡਮ ਦੀ ਕੰਪੇਨ ਰਨ ਕਰ ਰਹੇ ਸੀ, ਅਸੀਂ ਉਦੋਂ ਵੀ ਇਹ ਗੱਲ ਕਹੀ ਸੀ ਵੀ ਜੇ ਇਹ ਕਮਿਊਨਿਟੀ ਤੁਹਾਡੇ ਨਾਲ ਬੈਕਅਪ 'ਤੇ ਖੜ੍ਹੀ ਹੋ ਜਾਂਦੀ ਹੈ, ਇਹ ਉਹ ਸਲੀਪ ਜਾਇੰਟ ਹੈ, ਜਿੱਦਣ ਇਹ ਉੱਠ ਖੜ੍ਹਦਾ ਉਦਣ ਸਾਰਿਆਂ ਵਾਸਤੇ ਵਕਤ ਪਾ ਦਿੰਦਾ. ਸਭ ਤੋਂ ਜ਼ਿਆਦਾ ਇੰਪੋਰਟੈਂਟ ਤਾਂ ਅੱਜ ਹੋ ਜਾਂਦਾ ਜਦੋਂ ਉਹ ਕਹਿੰਦਾ ਕਿ ਮੈਂ ਕੁਈਨਜ਼ਬੋਰੋ ਪ੍ਰੈਜ਼ੀਡੈਂਟ ਜਦੋਂ ਬਣਾਂਗਾ, ਅਤੇ ਮੇਰੀ ਸਟਾਫ ਵਿੱਚ, ਮੇਰੀ ਟੀਮ ਵਿੱਚ ਇੱਕ ਸਿੱਖ, ਵੀ ਆਰ ਪ੍ਰਾਊਡ ਟੂ ਬੀ ਸਿੱਖ, ਪਰ ਪਗੜੀ ਵਾਲਾ ਸਿੱਖ ਉਹਦੇ ਸਟਾਫ ਵਿੱਚ ਹੋਏਗਾ. ਮੈਂ ਬਿਲਕੁਲ ਸਹਿਮਤੀ ਹਾਂ ਜੀ, ਇੱਕ ਕੈਂਡੀਡੇਟ ਨੂੰ ਪਿੱਕ ਕਰਕੇ ਅਤੇ ਉਹਨੂੰ ਆਲ ਦਾ ਵੇ ਸਪੋਰਟ ਕਰਕੇ ਉਹਨੂੰ ਉਹਦੇ ਦਫ਼ਤਰ ਤੱਕ ਲੈ ਕੇ ਜਾਣਾ, ਇਹ ਸਾਡਾ ਫਰਜ਼ ਬਣਦਾ. ਫਿਰ ਅਸੀਂ ਉਹਨੂੰ ਡਿਮਾਂਡ ਕਰ ਸਕਦੇ ਵੀ ਜੋ ਉਹਨੇ ਪ੍ਰੋਮਿਸ ਕੀਤਾ ਹੈ, ਜਿਵੇਂ ਜੇ ਜੀ ਨੇ ਕਿਹਾ ਹੋਣਾ ਕਿ ਬਈ ਆਪਣਾ ਅਸੀਂ ਕੋਈ ਗੁਰਸਿੱਖ ਬੰਦਾ ਆਪਣੀ ਟੀਮ 'ਚ ਰੱਖੇਗਾ, ਬੋਰੋ ਹਾਲ ਦੇ ਵਿੱਚ ਬੈਠੇਗਾ ਨਾਲ ਉਹਦੇ, ਤਾਂ ਇੱਕ ਬੜੀ ਵੱਡੀ ਮੂਵਮੈਂਟ ਹੈ. ਆਈ ਫੀਲ ਵੀ ਨੀਡ ਟੂ ਇੰਪਾਵਰ ਅਰ ਕਮਿਊਨਿਟੀ. ਸੋ ਵੈਨ ਵੀ ਸੀ ਇੰਪਾਵਰਿੰਗ ਅਰ ਕਮਿਊਨਿਟੀ, ਇਟ ਹੈਜ਼ ਟੂ ਬੀ ਇਨ ਆਲ ਪ੍ਰੋਸਪੈਕਟਿਵ. ਸੋ ਯੂ ਨੋ, ਫਾਈਨੈਂਸ਼ਲੀ, ਐਜੂਕੇਸ਼ਨਸ, ਦੇਰ ਆਰ women empowerment issues, you know, there is minority based, there are so much stuff over there. Like, you know, I was discussing with Donovan, you know, before even we had it, like there was $1.5 billion, you know, that we can able to bring that kind of infrastructure into our community. Donovan Richards ethe is tarah nahi pahunch gaye, ohna kam kite ne community waste, community de ohna nu support hai, community ohna nu trust kardi hai. ਅਸੀਂ ਉਸ ਦੇ ਬੇਸ ਦੇ ਉੱਤੇ ਉਹਨਾਂ ਨੂੰ ਸਪੋਰਟ ਕਰਦੇ ਹਾਂ. ਡੋਨੋਵਨ ਰਿਚਰਡ ਨੂੰ ਬੈਸਟ ਵਿਸ਼ਿਜ਼ ਨੇ ਮੇਰੀਆਂ, ਅਤੇ ਹੋਪਫੁਲੀ ਨਹੀਂ, ਮੈਂ ਕਹੂੰਗੀ ਕਿ ਵੋਟ ਪਾਉਣ ਜ਼ਰੂਰ ਜਾਓ. ਡੋਨੋਵਨ ਰਿਚਰਡ ਜਿਹੜਾ ਹੈਗਾ, ਹੀ ਇਜ਼ ਦਾ ਬੈਸਟ ਪਰਸਨ ਫਾਰ ਦਾ ਕਮਿਊਨਿਟੀ. ਹੀ ਇਜ਼ ਅ ਬਲੈਕ ਅਫਰੀਕਨ ਗਾਏ, ਐਂਡ ਵੀ ਆਰ ਆਲ ਏਸ਼ੀਅਨ, ਐਂਡ ਵੀ ਨੀਡ ਹੈਲਪ ਆਫ ਦਾ ਦੋਸ ਕਾਇੰਡ ਆਫ ਪੀਪਲ, ਐਂਡ ਦੇ ਆਰ ਗੋਇੰਗ ਟੂ ਹੈਲਪ ਦਾ ਕਮਿਊਨਿਟੀ. ਵੀ ਹੈਵ ਟੂ ਰੀਅਲੀ ਬਿਗ ਹਿਸਟੋਰਿਕ ਇਲੈਕਸ਼ਨਸ. ਦ ਫਰਸਟ ਵਨ is March 24th to elect Donovan Richards our borough president, and then right after that in April 28th we have the second big election. It's the same day as the presidential election. I'm Richard David and I'm running to be the assembly member in that election in Richmond Hill, South Ozone Park. ਤੇ
ਬ੍ਰਦਰ ਲੌਂਗ ਆਈਲੈਂਡ ਹਿਕਸਵਿਲ ਵਿਖੇ ਅਮੈਰੀਕਨ ਇੰਡੀਅਨਸ ਐਸੋਸੀਏਸ਼ਨ ਵੱਲੋਂ ਇੱਕ ਪ੍ਰੋਗਰਾਮ ਔਰਗਨਾਈਜ਼ ਕੀਤਾ ਗਿਆ। ਇਸ ਪ੍ਰੋਗਰਾਮ ਦੇ ਵਿੱਚ ਮੈਨੇਜਮੈਂਟ ਦੇ ਵਿੱਚ ਕੌਣ ਕੌਣ ਹੋਏਗਾ, ਇਹਦਾ ਰੋਡ ਮੈਪ ਤਿਆਰ ਕੀਤਾ ਗਿਆ। ਆਓ ਵੇਖਦੇ ਹਾਂ ਸਾਡੇ ਸਹਿਯੋਗੀ ਗੁਰਕਰਨ ਦੀ ਇਹ ਰਿਪੋਰਟ। ਇੰਡੀਅਨਸ ਆਰ ਡੂਇੰਗ ਵੈਰੀ ਗੁੱਡ ਇਨ ਆਲ ਵਰਕਸ ਆਫ ਲਾਈਫ, ਦੇ ਆਰ ਇਨ ਫੈਕਟ ਐਕਸੇਲਿੰਗ ਇਨ ਆਲ ਵਰਕਸ ਆਫ ਲਾਈਫ, ਐਂਡ ਆਵਰ ਏਸ਼ੀਅਨ ਇੰਡੀਅਨ ਸੋਸਾਇਟੀ ਇਜ਼ ਦੀ ਵਾਈਬ੍ਰੈਂਟ ਸੋਸਾਇਟੀ ਇਨ ਅਮੇਰੀਕਾ। So our main goal is to maintain and infuse our rich heritage in the heart of the young people, and we are all the chapters which are in various states of America, we are stressing upon everybody to maintain our heritage and spread it in the mainstream of America. I have been with AIA for the last 3 years. For the last 2 years, I was the secretary and general secretary supporting the 50-year gala, and I have, of course, worked for all other projects throughout the year, and I wish the new NEC that has been elected a lot of good luck and many more glorious years to come. I want to wish Mrs. Arya a very successful second term. I hope to work with her and streamline our finances and put everything in good order. And that's our vision for the next 2 years. Thank you. This is the oldest association which has done a remarkable work for Indian community. As a vice president for last 2 years and again this year, I want to congratulate the whole executive committee. And I want to tell Indian community, we are here for you, and please bring us any questions, problem, so we can pass it on to the embassy or to the government. I want everyone to participate in our functions and come together to make it a very enjoyable association. Thank you. Hello, main Indu Gijwani bol rahi hu. I am member at large with the National Association of Indians in America, and it's the second term I'm continuing with as a member at large, plus I'm a media chair, and we will be having a great program today for the inauguration. Lot of new members we have, and a lot of dignitaries are coming, and we will be having fun under the leadership of President Dr. Urmilesh Arya. आप सब जानते हैं कि न्यूयॉर्क जो चैप्टर है AIA का, वो प्रोग्राम करता है साउथ स्ट्रीट सीपोर्ट पे दिवाली, आप सब उसको पहचानते हैं, लेकिन जो मदर ऑर्गेनाइजेशन है वो नेशनल AIA है, और उसके अंडर में ये दूसरे चैप्टर्स हैं जो काम करते हैं। तो इनका काम जो है और भी बड़ा है, मतलब एक तो सारी ऑर्गेनाइजेशन को जोड़ के रखना है, और दूसरा अपने इंडियन कल्चर को हमें बढ़ाना है, और ये बहुत ज़रूरी है क्योंकि आजकल हमारे बच्चे जो यहाँ बड़े हो रहे हैं, उनको हमें अपनी कल्चर बतानी है, उनको हमें अपना इंडियन प्रोग्राम्स, अपने फेस्टिवल्स, अपने ट्रेडिशंस, वो सब बताने हैं। I'm Gobind Munjal. I am the Vice President of National Executive Committee of AIA and also the immediate past president of AIA New York chapter. We have gathered here today for the inauguration of the new committee of AIA National. And we have done quite a lot of things in last 2 years. We did 50th anniversary gala. It's the biggest event in the last 50 years, we achieved a milestone. So 50th anniversary was done with a big bang, with a big pump and show. And also as a immediate past president of New York chapter, we launched Desi Next, the next generation, actually the younger generation, because we want to attract younger generation. I would like to welcome and congratulate from the bottom of my heart, Dr. Urmilesh Arya, the incoming president. I have been involved with the Association of Indians America more along the lines of the cultural program and the cultural committee, also as a member of the youth committee. As you know, AIA needs no introduction. It is one of the oldest and largest non-profit Indian organizations of the Indian diaspora in America, with their local chapters, and they have their national chapters, one of which, of course, we are here today. AIA is the largest and oldest organization in America. We do Diwali festival at South Seaport for last 32 years. That is one of the flagship event for AIA, and thousands of people come across the US. And I like to invite you everyone this year. We'll be having this festival on October 4th, Sunday, at South Seaport. And there's more information on our website.
www.daianewyork.org. ਤੇ ਉੱਥੇ 33ਵੀਂ ਸਿੱਖ ਡੇ ਪਰੇਡ ਮੈਨਹੈਟਨ ਨਿਊਯਾਰਕ ਵਿਖੇ ਕੱਢੀ ਜਾ ਰਹੀ ਹੈ। ਪਿਛਲੀ ਵਾਰ ਜਦ 32ਵੀਂ ਸਿੱਖ ਡੇ ਪਰੇਡ ਦੇ ਉੱਤੇ ਅਸੀਂ ਅਲੌਕਿਕ ਨਜ਼ਾਰੇ ਮੈਨਹੈਟਨ ਸਿਟੀ ਦੇ ਵਿੱਚ ਵੇਖੇ, ਤੇ ਇਸ ਵਾਰ ਪੁਖਤਾ ਇੰਤਜ਼ਾਮ ਜਿਹੜੇ ਨੇ ਬਕਾਇਦਾ 33ਵੀਂ ਸਿੱਖ ਡੇ ਪਰੇਡ ਦੇ ਉੱਤੇ ਕੀਤੇ ਜਾਣਗੇ, ਕੀ ਕੁਝ ਖਾਸ ਰਹੇਗਾ। ਐਲਾਨ ਇਹ ਵੀ ਕੀਤਾ ਗਿਆ ਕਿ ਇਸ ਵਾਰ ਦੀ ਜਿਹੜੀ ਪਰੇਡ ਹੈਗੀ ਹੈ ਉਹ 1984 ਤੋਂ ਲੈ ਕੇ 2020 ਤੱਕ ਜਿੰਨੇ ਵੀ ਸ਼ਹੀਦ ਹੋਏ ਹਨ ਉਹਨਾਂ ਨੂੰ ਸਮਰਪਿਤ ਰਹੇਗੀ। ਮੁੱਖ ਸੇਵਾਦਾਰ ਸਿੱਖ ਕਲਚਰ ਸੁਸਾਇਟੀ ਦੇ ਅਤੇ ਸਿੱਖ ਡੇ ਪਰੇਡ ਦੇ ਕੋਆਰਡੀਨੇਟਰ ਅਤੇ ਸਾਬਕਾ ਪ੍ਰਧਾਨ ਗੁਰਦੇਵ ਸਿੰਘ ਕੰਗ ਅਤੇ ਦਵਿੰਦਰ ਸਿੰਘ ਬੋਪਾ ਰਾਏ ਕੀ ਕੁਝ ਕਹਿੰਦੇ ਹੋਏ ਨਜ਼ਰ ਆਏ, ਕੀ ਕੁਝ ਉਹਨਾਂ ਨੇ ਐਲਾਨ ਕੀਤਾ, ਆਓ ਵੇਖਦੇ ਹਾਂ ਇਸ ਰਿਪੋਰਟ ਦੇ ਤਹਿਤ। JCDN ਦੇ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਪਹੁੰਚੇ ਹਾਂ ਜੀ ਸਿੱਖ ਕਲਚਰ ਸੁਸਾਇਟੀ ਔਰ ਸਿੱਖ ਕਲਚਰ ਸੁਸਾਇਟੀ ਸਿੱਖਾਂ ਦੀ ਉਹ ਸਿਰਮੋਹਰ ਸੰਸਥਾ ਟਰਾਈ ਸਟੇਟ ਦੇ ਵਿੱਚ ਜਿੱਥੋਂ ਦੀ ਸਿੱਖਾਂ ਦੀ ਅਗਵਾਈ ਵਿਸ਼ਵ ਦੇ ਵਿੱਚ ਜਾ ਕੇ ਹੁੰਦੀ ਹੈ, ਔਰ ਜਿਸ ਤਰੀਕੇ ਨਾਲ ਸਿੱਖ ਕਲਚਰ ਸੁਸਾਇਟੀ ਕਾਫੀ ਲੰਬੇ ਸਮੇਂ ਤੋਂ ਸਿੱਖ ਡੇ ਪਰੇਡ ਵੀ ਮੈਨਹੈਟਨ ਦੇ ਵਿੱਚ ਕਰਦਾ ਹੋਇਆ ਆ ਰਹੀ ਆ। ਪਹਿਲੀ ਪਰੇਡ ਹੈ, ਪਹਿਲਾ ਨਗਰ ਕੀਰਤਨ ਅਸੀਂ ਮੰਨਾਂਗੇ ਕਿ ਜੋ ਕਿ ਵਰਲਡ ਦੀ ਸਭ ਤੋਂ ਸੁਪਰੀਮ ਪਾਵਰ ਕੰਟਰੀ ਦੇ ਵਿੱਚ ਕੱਢੀ ਜਾਂਦੀ ਹੈ, ਔਰ ਜਦ ਸਿੱਖ ਕਲਚਰ ਸੁਸਾਇਟੀ ਦੀ ਪੂਰੀ ਟੀਮ ਫੈਸਲਾ ਲੈਂਦੀ ਹੈ, ਐਲਾਨ ਕਰਦੀ ਹੈ ਸਿੱਖ ਡੇ ਪਰੇਡ ਦਾ, ਤਾਂ ਵਿਸ਼ਵ ਦੇ ਵਿੱਚ ਇਹਦੀ ਗੂੰਜ ਜਿਹੜੀ ਹੈ ਉਹ ਜਾਂਦੀ ਹੈ, ਔਰ ਨਾ ਕਿ ਸਿਰਫ ਅਮੈਰੀਕਾ ਤੋਂ ਬਲਕਿ ਵਿਸ਼ਵ ਦੇ ਵਿੱਚ ਵਸਦੀ ਨਾਨਕ ਨਾਮ ਲੇਵਾ ਸੰਗਤ ਇੱਥੇ ਪਹੁੰਚਦੀ ਹੈ ਔਰ ਨਤਮਸਤਕ ਹੁੰਦੀ ਹੈ ਸਿੱਖ ਕਲਚਰ ਸੁਸਾਇਟੀ ਵਿਖੇ, ਔਰ ਸਿੱਖ ਡੇ ਪਰੇਡ ਦੇ ਵਿੱਚ ਆਪਣਾ ਹਿੱਸਾ ਪਾਉਂਦੀ ਹੈ। ਅਤੇ ਮੇਰੇ ਨਾਲ ਮੌਜੂਦ ਨੇ ਗੁਰਦੇਵ ਸਿੰਘ ਕੰਗ, ਦਵਿੰਦਰ ਸਿੰਘ ਬੋਪਾ ਰਾਏ। ਸਭ ਤੋਂ ਪਹਿਲਾਂ ਮੈਂ ਸਵਾਲ ਲੈਣਾ ਚਾਹਾਂਗਾ ਗੁਰਦੇਵ ਸਿੰਘ ਕੰਗ ਹੋਰਾਂ ਤੋਂ, ਜੋ ਕਿ ਗੁਰਦੁਆਰੇ ਦੇ ਸਾਬਕਾ ਪ੍ਰਧਾਨ ਵੀ ਰਹਿ ਚੁੱਕੇ ਨੇ ਔਰ ਸਿੱਖ ਡੇ ਪਰੇਡ ਦੇ ਐਗਜ਼ੈਕਟਿਵ ਕੋਆਰਡੀਨੇਟਰ ਵੀ ਹਨ, ਅਤੇ ਦਵਿੰਦਰ ਸਿੰਘ ਬੋਪਾ ਰਾਏ ਜੋ ਕਿ ਮੁੱਖ ਸੇਵਾਦਾਰ ਹਨ। ਕੰਗ ਸਾਹਿਬ, ਇਸ ਵਾਰ ਕੀ ਖਾਸ ਹੋਣ ਵਾਲਾ ਪਰੇਡ ਦੇ ਵਿੱਚ, ਔਰ ਪਿਛਲੀ ਵਾਰ ਪਰੇਡ ਦੇ ਵਿੱਚ ਜਿਸ ਤਰੀਕੇ ਨਾਲ ਅਸੀਂ ਦੇਖਿਆ ਕਿ ਹਰ ਕੋਈ ਖੁਸ਼ ਹੁੰਦਾ ਨਜ਼ਰ ਆਇਆ ਔਰ ਬਹੁਤ ਸਕਸੈਸਫੁਲ ਹੋਈ, ਤਾਂ ਇਸ ਵਾਰ ਕੀ ਕੁਝ ਨਵਾਂ ਹੋਣ ਵਾਲਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਜਸ ਪੰਜਾਬੀ ਜਿਹੜਾ ਚੈਨਲ ਆ, ਮੈਂ ਸਮਝਦਾ ਕਿ ਇਹਨਾਂ ਨੂੰ 13 ਸਾਲ ਹੋਏ ਆ। ਪਰਦਾਸ ਨੇ 2011 ਤੋਂ ਲੈ ਕੇ ਗੁਰਦੁਆਰਾ ਸਿੱਖ ਸੁਸਾਇਟੀ ਦੀ ਜਿਹੜੀ ਪਰੇਡ ਆ ਉਹਦੀ ਅਗਵਾਈ ਕੀਤੀ ਆ। ਇਹ ਜਿਹੜੀ ਪਰੇਡ ਆ ਸਪੈਸ਼ਲ ਤੌਰ 'ਤੇ ਜਿਹੜੀ ਸਿੱਖ ਡੇ ਪਰੇਡ ਆ, ਇਹ ਬਨਿਆਟਨ ਦੇ ਵਿੱਚ ਪਰੇਡ ਜਿਹੜੀ ਆ ਨੇਸ਼ਨ ਲੈਵਲ 'ਤੇ ਨਿਕਲਦੀ ਆ, ਅਤੇ ਇੱਕ ਸਿੱਖਾਂ ਨੂੰ ਜਿਹੜਾ ਨਾ 1984 ਤੋਂ ਬਾਅਦ ਇਹ ਪਹਿਲੀ ਵਾਰੀ ਮਾਣ ਪ੍ਰਾਪਤ ਹੋਇਆ ਸੀ, ਜਦੋਂ ਸਿੱਖਾਂ ਨੇ ਆਪਣਾ ਐਲੀਗੇਸ਼ਨ ਪਾਇਆ ਸੀ ਕਿ ਸਾਨੂੰ ਧਰਮ ਦੇ ਆਧਾਰ ਦੇ ਉੱਤੇ ਸਾਨੂੰ ਇੰਡੀਆ ਦੇ ਵਿੱਚ ਸਾਡੀ ਜਿਹੜੀ ਆ ਨਸਲ ਖੁਸ਼ੀ ਹੋਈ ਸੀ, ਅਤੇ ਇੱਥੇ ਸਿੱਖਾਂ ਨੂੰ ਇੰਡੀਆ ਡੇ ਪਰੇਡ ਦੇ ਬਰਾਬਰ ਦੀ ਇਹ ਪਰੇਡ ਕੱਢਣ ਦਾ ਹੱਕ ਮਿਲਿਆ। 1988 ਦੇ ਵਿੱਚ ਪਹਿਲੀ ਪਰੇਡ ਕੱਢੀ ਗਈ ਸੀ। ਇਹ 33ਵੀਂ ਸਿੱਖ ਡੇ ਪਰੇਡ ਵਾ, ਇਹਦੇ ਵਿੱਚ ਹਰ ਸਾਲ ਜਿੱਦਾਂ ਹੁਣ 10 ਸਾਲ ਤੋਂ ਆਏ ਨੇ, ਜਿੱਦਾਂ ਹੁਣ ਮੇਰੇ ਨਾਲ ਸਾਡੇ ਕੋਲ ਜਿਹੜੇ ਗੁਰੂ ਘਰ ਦੇ ਮੁੱਖ ਸੇਵਾਦਾਰ ਨੇ ਭਾਈ ਜਤਿੰਦਰ ਸਿੰਘ ਜੀ ਬੋਪਾ ਰਾਏ, ਇਹ ਖੜ੍ਹੇ ਨੇ, ਕਿਉਂਕਿ ਜਦੋਂ ਗੁਰਦੁਆਰਾ ਸਿੱਖ ਸੁਸਾਇਟੀ ਦੀ ਅਗਵਾਈ ਹੁੰਦੀ ਆ, ਜਿੰਨੀਆਂ ਵੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਟਰਾਈ ਸਟੇਟ ਦੀਆਂ, ਉਹਨਾਂ ਦੇ ਨਾਲ ਸੁਝਾਅ ਲੈ ਜਾਂਦੇ ਨੇ, ਨਾਲ ਸਾਡੇ ਨਾਲ ਪੰਥਕ ਜਥੇਬੰਦੀਆਂ ਹੁੰਦੀਆਂ, ਜਿੰਨੀਆਂ ਵੀ ਸਭਾਵਾਂ ਵਾ ਉਹ ਸਾਰੀਆਂ ਵਿੱਚ ਪਾਰਟੀਸਪੇਟ ਕਰਦੀਆਂ। ਚੇਚੇ ਤੌਰ 'ਤੇ ਤਕਰੀਬਨ 2013-14 ਤੋਂ ਲੈ ਕੇ 13 ਦੇ ਵਿੱਚ 2013 ਤੋਂ ਲੈ ਕੇ ਅਸੀਂ ਜਿਹੜਾ ਮੇਅਰ ਵਾ ਉਹਨੂੰ ਇੱਥੇ ਲਿਆਉਣਾ ਸ਼ੁਰੂ ਕੀਤਾ 14 ਦੇ ਵਿੱਚ। ਪਹਿਲਾਂ ਮੇਅਰ ਨਹੀਂ ਸੀ ਆਉਂਦਾ, ਹੁਣ ਸਿੱਖਾਂ ਦੀ ਆਪਣੀ ਆਈਡੈਂਟੀ ਆ, ਪਰ ਇਹਦੇ ਨਾਲ ਅਸੀਂ ਚੋਚਦੇ ਹਾਂ ਕਿ ਜਿੰਨੇ ਵੀ ਸਾਡੇ ਬਾਹਰੋਂ ਬੁਲਾਰੇ ਆਉਂਦੇ ਨੇ ਸਾਡੇ ਨਾਲ ਸਿਟੀ ਦੇ ਵਿੱਚ, ਸਾਡੇ ਜਿਹੜਾ ਵਾ ਪੁਲਿਸ ਕਮਿਸ਼ਨਰ ਆ ਉਹ 2 ਸਾਲ ਤੋਂ ਪਹਿਲੀ ਵਾਰੀ ਜਿਹੜੀ ਉਹਨੇ ਪਾਰਟੀਸਪੇਟ ਕੀਤੀ ਆ। ਅਸੀਂ ਹੁਣ ਵੱਧ ਤੋਂ ਵੱਧ ਜਿੰਨੇ ਸਾਡੇ ਆਪਣੇ ਪੰਜਾਬੀ ਵੀ ਮੇਰੇ ਵੀਰ ਜਿਹੜੇ ਆ, ਭਾਵੇਂ ਉਹ ਨਿਊ ਜਰਸੀ ਨੇ, ਭਾਵੇਂ ਉਹ ਕੈਲੀਫੋਰਨੀਆ ਨੇ, ਭਾਵੇਂ ਉਹ ਕੈਨੇਡਾ ਨੇ, ਜਿਹੜਾ ਇੱਥੇ ਆਉਣਾ ਚਾਹੁੰਦਾ ਅਸੀਂ ਉਹਨਾਂ ਨੂੰ ਹਰ ਇੱਕ ਨੂੰ ਇਨਵੀਟੇਸ਼ਨ ਦਿੰਦੇ ਹਾਂ। ਅਤੇ ਜਿਹੜਾ ਮੇਅਰ ਵਾ ਉਹ ਚੇਚੇ ਤੌਰ 'ਤੇ ਮੁੱਖ ਮਹਿਮਾਨ ਹੁੰਦਾ, ਕਿਉਂਕਿ ਉਹ ਨਿਊਯਾਰਕ ਸਿਟੀ ਦਾ ਹੈਗਾ, ਨਿਊਯਾਰਕ ਵਰਲਡ ਜਿਹੜਾ ਵਾ ਇਹ ਵਰਲਡ ਦੀ ਕੈਪੀਟਲ ਹੀ ਗਿਣੀ ਜਾਂਦੀ ਆ। ਅਤੇ ਇਹਦੇ ਵਿੱਚ ਅਸੀਂ ਕੋਸ਼ਿਸ਼ ਇਹ ਕਰਨੀ ਆ ਕਿ ਜਿਸ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਜਿੰਨੇ ਪ੍ਰਬੰਧ ਜਿਹੜੇ ਇੰਪਰੂਵ ਹੁੰਦੇ ਨੇ ਨਾ, ਉਹ ਵਧੀਆ ਤੋਂ ਵਧੀਆ ਤਰੀਕੇ ਦੇ ਨਾਲ ਉਹਨਾਂ ਨੂੰ ਇੰਪਰੂਵ ਕਰੀਦਾ, ਅਤੇ ਨਾਲ ਦੀ ਨਾਲ ਜਿਹੜੀ ਇਹ ਸਿੱਖ ਡੇ ਪਰੇਡ ਆ, ਜਿੱਥੇ ਸਾਡੀ ਇਹ ਧਾਰਮਿਕ ਆ ਜਿਹਨੂੰ ਅਸੀਂ ਪਰੇਡ ਗਣਦੇ ਹਾਂ, ਉਹਦੇ ਨਾਲ ਸਾਡੀ ਇਹ ਪੋਲੀਟੀਕਲ ਫਰੀਡਮ ਸਾਡੀ ਆਪਣੀ ਜਿਹੜੀ ਆ ਉਹਦੇ ਵੀ ਨਾਲ ਇਹ ਚਿੰਨ ਦੱਸਦੀ ਆ। ਇਸ ਕਰਕੇ ਇਹਦਾ ਨਾਂ ਜਿਹੜਾ ਵਾ ਪਰੇਡ ਵਾ ਸਿੱਖ ਡੇ ਪਰੇਡ। ਨਗਰ ਕੀਰਤਨ ਦਾ ਵਿੱਚ ਤੁਹਾਨੂੰ ਪਰਮਿਟ ਹੋਰ ਤਰ੍ਹਾਂ ਦੇ ਮਿਲਦੇ ਨੇ, ਪਰ ਕਈ ਮੇਰੇ ਵੀਰ ਕਈ ਵਾਰੀ ਸਾਨੂੰ ਕੁਐਸਚਨ ਕਰਦੇ ਨੇ ਕਿ ਵਾਟ ਇਜ਼ ਦੀ ਡਿਫਰੈਂਸ, ਕਿਉਂਕਿ ਇਹਦੇ ਨਾਲ ਸਿੱਖ ਆਪਣੀ ਆਜ਼ਾਦੀ ਵੀ ਮੰਗਦੇ ਨੇ, ਕਿਉਂਕਿ ਜਿੱਦਾਂ ਦੀ ਜਿਹੜੀ ਇਹ ਪਰੇਡ ਵਾ ਇਹ ਆਪਣੀ ਸਿੱਖਾਂ ਦੀ ਆਜ਼ਾਦੀ ਦੀ ਵੀ ਨਾਲ ਹੀ ਆ, ਕਿਉਂਕਿ ਸਾਡੀ ਬਲਕਿ ਸਿੱਖ ਇੱਕ ਵੱਖਰੀ ਹੋਂਦ ਆ, ਸਿੱਖ ਇੱਕ ਵੱਖਰਾ ਧਰਮ ਆ, ਇਹਦੇ ਨਾਲ ਇਹ ਸਾਰੀਆਂ ਪਵਾਉਂਦੇ। ਅਸੀਂ ਆਪਣੇ ਵੱਲੋਂ ਜਿਹੜੀਆਂ ਤਿਆਰੀਆਂ ਵਾ, ਜਿਹੜੇ ਪਰਮਿਟ ਨੇ ਉਹ ਆਲਮੋਸਟ ਜਿਹੜੇ ਸਾਡੇ ਸਾਰੇ ਇਸ਼ੂ ਹੋ ਚੁੱਕੇ ਨੇ, ਪਰ ਉਹਦੇ ਨਾਲ ਜਿਹੜੀਆਂ ਸਾਡੀਆਂ ਜੇ ਸਿਟੀ ਦੇ ਨਾਲ ਏਜੰਸੀਆਂ ਦੇ ਨਾਲ ਜਿਹੜੀਆਂ ਮੀਟਿੰਗਾਂ ਹੁੰਦੀਆਂ, ਪਰ ਅਸੀਂ ਕੋਸ਼ਿਸ਼ ਇਹ ਕਰੀਦੇ, ਬੇਨਤੀ ਇਹ ਕਰਦੇ ਕਿ ਜਿਹੜੀ ਸੰਗਤ ਆ ਕੇ ਪਾਰਟੀਸਪੇਟ ਕਰਦੀ ਹੈ ਨਾ, ਉਹ ਫਲੋਟਾਂ ਦੇ ਮਗਰ ਚੱਲੇ,
ਅਤੇ ਜਿਉਂ ਆਪਾਂ ਜੋ ਵੀ ਆਪਣੇ ਮੇਰੇ ਵੀਰ ਭੈਣਾਂ ਜਿਹੜੇ ਆ ਵੱਧ ਤੋਂ ਵੱਧ ਜੇ ਕਦੇ ਉਹਨੂੰ ਕੋਈ ਨਜ਼ਰ ਆਉਂਦਾ ਤਾਂ ਉਹਨੂੰ ਸਫਾਈ ਰੱਖੇ ਅਤੇ ਤਾਂ ਕਿ ਸਾਡੀ ਸਿਟੀ ਦੇ ਵਿੱਚ ਇਹ ਹੋਂਦ ਰਹਿੰਦੀ ਆ। ਪਰ ਅਸੀਂ ਵੱਧ ਤੋਂ ਵੱਧ ਜਿੰਨੇ ਵੀ ਸਾਡੇ ਕੋਲ ਇਲੈਕਟ ਅਫੀਸ਼ੀਅਲ ਆਉਣਗੇ ਉਹ ਆਪੋ ਆਪਣਾ ਦੱਸਣਗੇ। ਕੁਝ ਸਿੱਖਾਂ ਦੀ ਹੁਣ ਨਿਊਯਾਰਕ ਸਿਟੀ ਦੇ ਵਿੱਚ ਬੋਲਬਾਲਾ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ, ਅਤੇ ਸਿੱਖਲ ਸੁਸਾਇਟੀ ਜਿਹੜੀ ਆ ਟਰਾਈ ਸਟੇਟ ਦੀ ਕੇਂਦਰੀ ਸਥਾਨ, ਇੱਥੇ ਵੱਖਰੇ ਵੱਖਰੇ ਪ੍ਰਬੰਧ ਆਉਂਦੇ ਨੇ ਕਿਉਂਕਿ ਉਦੋਂ ਤੋਂ ਲੈ ਕੇ ਜਿਸ ਤਰ੍ਹਾਂ ਹਰ ਵੱਖਰਾ ਜਿਹੜਾ ਕਮੇਟੀ ਆਉਂਦੀ ਆ। ਪਰ ਸ਼ੁਰੂ ਤੋਂ ਮਹਾਰਾਜ ਦੀ ਕਿਰਪਾ ਵਾ ਕਿਉਂਕਿ 10 ਸਾਲ ਤੋਂ ਜਿਹੜੀ ਸਿੱਖਲ ਸੁਸਾਇਟੀ ਦੀ ਜਿਹੜੀ ਆ ਸਾਡੇ ਮਤਲਬ ਕਿ ਗਰੁੱਪ ਦੀ ਜਿੱਦਾਂ ਮੈਂ ਕਹਿ ਸਕਦਾ ਕਿ ਗੁਰਦੁਆਰੇ ਦੀ ਸੰਗਤ ਦੀ, ਕਿਉਂਕਿ ਬਾਹਰਲਾ ਭਾਵੀ ਇੱਥੇ ਕਦੀ ਇਸ ਗੁਰੂ ਘਰ 'ਤੇ ਆ ਕੇ ਬਾਹਰਲਾ ਕੋਈ ਧਾਵੀ ਨਹੀਂ ਹੋ ਸਕਦਾ, ਅਤੇ ਇਸੇ ਗੁਰੂ ਘਰ ਦੀ ਆ ਕੇ ਜਿਹੜੀ ਉਹ ਪਰੇਡ ਕੱਢਦੇ ਆ। ਜਿੰਨੇ ਗੁਰੂ ਘਰਾਂ ਦੇ ਜੋ ਸੁਝਾਅ ਹੁੰਦੇ ਨੇ, ਜਿੰਨੇ ਪ੍ਰਬੰਧ ਹੁੰਦੇ ਨੇ, ਜਿੰਨੀਆਂ ਕਮੇਟੀਆਂ ਆਉਂਦੀਆਂ, ਅਸੀਂ ਸਾਰਿਆਂ ਦੇ ਨਾਲ ਸੁਝਾਅ ਲੈ ਕੇ ਜਿਹੜਾ ਫਾਈਨਲ ਨਿਕਲਦਾ ਉਹਦੇ ਹਿਸਾਬ ਨਾਲ ਚੰਗੇ ਤੋਂ ਚੰਗਾ ਜਿਹੜਾ ਪ੍ਰਬੰਧ ਕਰਕੇ ਉਹ ਕੱਢਦੇ ਹਾਂ। ਜਿੰਨਾ ਮੇਰਾ ਵੀਡੀਆ ਵੀਰ ਨੇ ਸਾਰੇ ਵੱਧ ਤੋਂ ਵੱਧ ਆ ਕੇ ਉਹ ਵੀ ਪਾਰਟੀਸਪੇਟ ਕਰਦੇ ਨੇ, ਕਿਉਂਕਿ ਮੀਡੀਆ ਜਿਹੜਾ ਇਹ ਇੱਕ ਮੇਨ ਫੈਕਟਰ ਵਾ ਪਰੇਡ ਨੂੰ 4 ਚੈਨਲ ਲਾਉਣ ਵਾਸਤੇ। ਅਤੇ ਜਿੰਨੇ ਮੀਡੀਆ ਦੇ ਜਿੰਨੇ ਚੈਨਲ ਨੇ ਉਹ ਸਾਰੇ ਆਉਂਦੇ ਨੇ, ਅਸੀਂ ਸਾਰਿਆਂ ਦੇ ਤਹਿ ਦਿਲੋਂ ਧੰਨਵਾਦੀ ਹਾਂ। ਪਰ ਇਹਨੂੰ ਕੋਸ਼ਿਸ਼ ਕਰਾਂਗੇ ਕਿ ਅਸੀਂ ਬੜੇ ਹੀ ਸੁਚੱਗੇ ਤਰੀਕੇ ਦੇ ਨਾਲ ਸਾਰੇ ਸੰਗਤ ਦੇ ਸਹਿਯੋਗ ਦੇ ਨਾਲ, ਸਾਰੀਆਂ ਪੰਥਕ ਜਾਂਦੀਆਂ ਬੰਦੀਆਂ ਦੇ ਸਹਿਯੋਗ ਨਾਲ, ਕਮੇਟੀਆਂ ਦੇ ਸਹਿਯੋਗ ਨਾਲ ਇਹਨੂੰ ਸੁਚੱਜੇ ਤਰੀਕੇ ਨਾਲ ਕੱਢੀਏ, ਕਿਉਂਕਿ ਹਰ ਤਰ੍ਹਾਂ ਦੀ ਨਾਲ, ਕਿਉਂਕਿ ਇਹ ਇੱਕ ਆਪਣੀ ਪੈਰ ਛੱਡ ਕੇ ਜਾਂਦੀ ਹੈ ਜਿਹੜੀ ਪਿਛਲੀ ਪਰੇਡ ਹੁੰਦੀ ਆ। ਉਹ ਕੋਸ਼ਿਸ਼ ਕਰੀਦੀ ਕਿ ਉਦੋਂ ਅਗਲੇ ਸਾਲ ਉਦੋਂ ਵੀ ਵਧੀਆ ਤਰੀਕੇ ਨਾਲ ਕੱਢੀ ਜਾਵੇ। ਅਤੇ ਬਹੁਤ ਜ਼ਰੂਰੀ ਹੋ ਜਾਂਦਾ ਆਪਣੀ ਰੀਕੋਗਨੀਸ਼ਨ ਨੂੰ ਦੱਸਣ ਦੇ ਲਈ, ਜਿਵੇਂ ਗੁਰਦੇਵ ਸਿੰਘ ਕੰਗ ਹੋਰਾਂ ਨੇ ਦੱਸਿਆ ਕਿ ਇਸ ਵਾਰ 20 ਖਾਸ ਇੰਤਜ਼ਾਮ ਜਿਹੜੇ ਨੇ ਪਰੇਡ ਦੇ ਵਿੱਚ ਕੀਤੇ ਜਾਣਗੇ, ਜਿਹੜੇ ਵਾਇਲੇਸ਼ਨਸ ਹੋ ਜਾਂਦੀ ਹੈ ਅਤੇ ਲੇਕਿਨ ਉਸ ਵਾਇਲੇਸ਼ਨਸ ਨੂੰ ਮੱਦੇਨਜ਼ਰ ਰੱਖਦੇ ਹੋਏ ਕਿ ਆਪਾਂ ਕਿਸ ਤਰੀਕੇ ਨਾਲ ਇਹਨੂੰ ਹੋਰ ਵਧੀਆ ਢੰਗ ਦੇ ਨਾਲ ਅੱਗੇ ਲੈ ਕੇ ਜਾ ਸਕਦੇ ਹਾਂ। ਤਾਂ ਬੋਪਾ ਰਾਏ ਜੀ ਪਹਿਲੀ ਵਾਰ ਅਗਵਾਈ ਕਰਨਗੇ ਮੁੱਖ ਸੇਵਾਦਾਰ ਵਜੋਂ, ਔਰ ਸਿੱਖ ਡੇ ਪਰੇਡ ਦਾ ਇਹਨਾਂ ਨੂੰ ਮੌਕਾ ਮਿਲਿਆ ਐਜ਼ ਐਨ ਪ੍ਰੈਜ਼ੀਡੈਂਟ ਫੋਰ ਸਿੱਖ ਕਲਚਰ ਸੁਸਾਇਟੀ, ਅਤੇ ਇਸ ਵਾਰ ਬਹੁਤ ਵੱਡੀ ਰਿਸਪੋਂਸੀਬਿਲਟੀ ਤੁਹਾਡੇ ਮੋਢਿਆਂ ਦੇ ਉੱਤੇ ਹੈ, ਤਿਆਰ ਹੋ ਤੁਸੀਂ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਪਿਛਲੇ 35 ਸਾਲ ਤੋਂ ਗੁਰੂ ਘਰ ਦੇ ਨਾਲ ਜੁੜਿਆ ਵਾ, ਅਤੇ ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹਰਕੀਸ਼ ਜੀ, ਇਹ ਪਹਿਲੀ ਪਰੇਡ ਆ ਜਿਹੜੀ ਦਾਸ ਨੂੰ ਜ਼ਿੰਮੇਵਾਰੀ ਬਖਸ਼ੀ ਆ। ਪਰ ਮੇਰੇ ਨਾਲ ਜਿਹੜੇ ਮੇਰੇ ਭਰਾ ਨੇ, ਬੜਾ ਐਕਸਪੀਰੀਅੰਸ ਇਹਨਾਂ ਦਾ, ਅਤੇ ਇਹ ਜਿਹੜੀ ਅਗਵਾਈ ਮੇਨ ਇਹੋ ਹੀ ਕਰਨੇ ਨੇ ਵੱਡੇ ਨੇ, ਅਤੇ ਇਸ ਸਿਸਟਮ ਦੇ ਵਿੱਚ ਨੇ, ਸਿਟੀ ਦੇ ਨਾਲ ਨੇ, ਸਾਡੀ ਹਿਊਮਨ ਰਾਈਟਸ ਦੇ ਕਮਿਸ਼ਨਰ ਵੀ ਨੇ। ਇਹਨਾਂ ਦੀ ਬਦੌਲਤ ਹੀ ਜਿਹੜਾ ਸਿਟੀ ਦਾ ਮੇਅਰ ਆ ਜਾਂ ਪੁਲਿਸ ਕਮਿਸ਼ਨਰ ਆ, ਫਾਇਰ ਡਿਪਾਰਟਮੈਂਟ ਦਾ ਕਮਿਸ਼ਨਰ ਆ, ਜਾਂ ਹੋਰ ਇਲੈਕਟਿਵ ਆਫੀਸਰ ਜਿੰਨੇ ਵੀ ਆ ਰਹੇ, ਉਹ ਇਹਨਾਂ ਦੀ ਬਦੌਲਤ ਆ। ਅਤੇ ਇਸ ਕਰਕੇ ਮੈਨੂੰ ਇਸ ਚੀਜ਼ ਦੀ ਕੋਈ ਬਹੁਤੀ ਚਿੰਤਾ ਨਹੀਂ ਗੀ ਕਿ ਮੇਰਾ ਫਸਟ ਪਰੇਡ ਆ ਅਤੇ ਸ਼ਾਇਦ ਮੈਨੂੰ ਕੋਈ ਪ੍ਰੋਬਲਮ ਆਊਗੀ, ਉਹ ਮੈਂ ਨਿਚਿੰਤ ਹਾਂ। ਸੋ ਮੈਂ ਬੇਨਤੀ ਕਰਦਾ ਵਾਂ ਸਮੂਹ ਟਰਾਈ ਸਟੇਟ ਦੀਆਂ ਸੰਗਤਾਂ ਨੂੰ ਕਿ ਇਹ ਜਿਹੜੀ ਪਰੇਡ ਆ, ਇਹ ਈਸਟ ਕੋਸਟ ਦੀ ਪਰੇਡ ਆ, ਇਕੱਲੀ ਟਰਾਈ ਸਟੇਟ ਦੀ ਨਹੀਂ ਗੀ, ਟੋਟਲ ਬਾਲਟੀਮੋਰ ਵਾਸ਼ਿੰਗਟਨ ਤੱਕ ਮਤਲਬ 40 ਗੁਰਦੁਆਰੇ ਇਸ ਪਰੇਡ ਦੇ ਵਿੱਚ ਪਾਰਟੀਸਪੇਟ ਕਰਦੇ ਆ, ਜਿਨ੍ਹਾਂ ਦੇ ਨਾਲ ਅਸੀਂ ਮੀਟਿੰਗਾਂ ਵੀ ਕਰਦੇ ਹਾਂ। ਦੂਸਰੀ ਮੀਟਿੰਗ ਸਾਡੀ ਐਤਵਾਰ ਨੂੰ ਆ, ਬੜੀਆ ਹੁੰਮ ਹੁਮਾ ਕੇ ਸਾਰੇ ਗੁਰੂ ਘਰ ਜਿਹੜੇ ਸਾਥ ਦੇਣ ਰਹੇ ਆ, ਅਤੇ ਬੜੀ ਚੜ੍ਹਦੀ ਕਲਾ ਦੇ ਵਿੱਚ ਜਿਹੜਾ ਵਾ ਇਹ ਪਰੇਡ ਹੋਏਗੀ ਹਰ ਸਾਲ, ਮਤਲਬ ਹਰ ਸਾਲ ਜਾਂ ਆਉਣ ਵਾਲਾ ਜਿਹੜਾ ਸਾਲ ਹੁੰਦਾ ਵਾ ਉਹਦੇ ਵਿੱਚ ਪਹਿਲੋਂ ਨਾਲ ਸੰਗਤ ਵੀ ਵੱਧ ਹੁੰਦੀ ਆ ਅਤੇ ਪ੍ਰਬੰਧ ਵੀ ਵਧੀਆ ਹੁੰਦੇ ਆ। ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਸਾਨੂੰ ਕੋਈ ਵਾਇਲੇਸ਼ਨਾਂ ਵੀ ਦੇ ਰਹੀਆਂ, ਪਰ ਜਿੱਦਾਂ ਮੈਂ ਦੱਸ ਰਿਹਾ ਕਿ ਕੰਗ ਸਾਹਿਬ ਦੇ ਰਿਲੇਸ਼ਨ ਹੈਗੇ ਸਿਟੀ ਦੇ ਵਿੱਚ, ਇਹ ਮਤਲਬ ਉਹਨਾਂ ਚੀਜ਼ਾਂ ਦਾ ਸੁਧਾਰ ਕਰਦੇ ਆ, ਅਤੇ ਇਹ ਕਰਕੇ ਕੋਈ ਪ੍ਰੋਬਲਮ ਨਹੀਂ ਆਉਂਦੀ। ਮੈਂ ਬੇਨਤੀ ਕਰਨੀ ਚਾਹੁੰਦਾ ਵਾਂ ਕਿ ਇਹ 33ਵੀਂ ਸਿੱਖ ਡੇ ਪਰੇਡ ਆ, ਅਤੇ ਬੜੀ ਚੜ੍ਹਦੀ ਕਲਾ ਵਿੱਚ ਮਤਲਬ ਇਹ ਪਰੇਡ ਦੇ ਇੰਤਜ਼ਾਮ ਆਪਾਂ ਕਰ ਰਹੇ ਹਾਂ, ਅਤੇ ਬੇਨਤੀ ਕਰਦਾ ਸੰਗਤਾਂ ਨੂੰ ਕਿ ਤੁਸੀਂ ਜ਼ਰੂਰ ਹੋਮਾ ਮਾ ਕੇ 33ਵੀਂ ਪਰੇਡ ਜਿਹੜੀ ਆ 25 ਅਪ੍ਰੈਲ ਦਿਨ ਸ਼ਨੀਵਾਰ ਨੂੰ ਮਨਹਾਟਨ ਵਿੱਚ ਨਿਕਲ ਰਹੀ ਆ। ਗੁਰਦੇਵ ਸਿੰਘ ਕੰਗ ਹੋਰਾਂ ਵੀ ਇਹ ਗੱਲ ਕਹੀ ਆ ਕਿ ਮਤਲਬ ਸੰਗਤਾਂ ਨੂੰ ਜਿਹੜਾ ਵਾ ਉਹ ਫਲੋਟ ਦੇ ਪਿੱਛੇ ਆਉਣਾ ਚਾਹੀਦਾ ਵਾ। ਮੈਂ ਵੀ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਕਿ ਅਸੀਂ ਆਪਣੀ ਗੈਦਰਿੰਗ ਤਾਂ ਵਿਖਾ ਸਕਦੇ ਹਾਂ ਜੇ ਆਪਾਂ ਮਗਰ ਰਲ ਕੇ ਚੱਲਾਂਗੇ, ਜੇ ਆਪਾਂ ਸਾਈਡਾਂ ਦੇ ਖਲੋ ਕੇ ਦੇਖ ਕਰਦੇ ਹਾਂ ਪਰੇਡ, ਤਾਂ ਇਹ ਲੱਗਦਾ ਕਿ ਮਤਲਬ ਇਹ ਦੇਖਣ ਵਾਲੀ ਸਕਦੇ ਆ, ਪਰ ਆਪਾਂ ਮਜੋਰਟੀ ਵਿਖਾਉਣੀ ਹੈ ਇਸ ਸਿਟੀ ਦੇ ਵਿੱਚ ਤਾਂ ਹੀ ਸਾਡੀ ਕੋਈ ਵੈਲਿਊ ਬਣਦੀ ਆ। ਅਤੇ ਮੈਂ ਇਹ ਅਸੀਂ ਟਾਈਮ ਟੂ ਟਾਈਮ ਦੱਸਦੇ ਰਹਾਂਗੇ ਜੋ ਜੋ ਪ੍ਰੋਗਰਾਮ ਆ। ਪਰਮਿਟ ਤਕਰੀਬਨ ਅੱਧੇ ਹੋ ਗਏ ਨੇ, ਕੁਝ ਪਰਮਿਟ ਜਿਹੜੇ ਆ ਸਾਨੂੰ 1-2 ਦਿਨ ਪਹਿਲਾਂ ਮਿਲਦੇ ਆ, ਜਿਸ ਤਰ੍ਹਾਂ ਉਹ ਗੁਰਦੇਵ ਸਿੰਘ ਕੰਗ ਸਾਹਿਬ ਜਿਹੜੇ ਆ ਉਹ ਬਿਲਕੁਲ ਸਾਰੀਆਂ ਚੀਜ਼ਾਂ ਨੂੰ ਹੈਂਡਲ ਕਰਨ ਰਹੇ, ਇਸ ਗੱਲ ਦੀ ਮੈਨੂੰ ਕੋਈ ਚਿੰਤਾ ਨਹੀਂ ਗੀ। ਅਤੇ ਫਿਰ ਮੈਂ ਤੁਹਾਡੇ ਜ਼ਰੀਏ ਜਸ ਪੰਜਾਬੀ ਦੇ ਜ਼ਰੀਏ ਇਹ ਮੈਸੇਜ ਭੇਜਣਾ ਚਾਹੁੰਦਾ ਵਾਂ ਸਮੂਹ ਟਰਾਈ ਈਸਟ ਕੋਸਟ ਦੀ ਸੰਗਤ ਨੂੰ ਕਿ 25 ਅਪ੍ਰੈਲ ਦਿਨ ਸ਼ਨੀਵਾਰ ਨੂੰ 2020 ਜ਼ਰੂਰ ਮਤਲਬ ਤੁਸੀਂ ਮਨਹਾਟਨ ਦੇ ਵਿੱਚ ਜਿਹੜੀ ਆ 37, 38, 39 ਸਟਰੀਟ ਮੈਡੀਸਨ 'ਤੇ ਪਹੁੰਚੋ, ਅਤੇ ਬਾਕੀ ਟਾਈਮ ਟੂ ਟਾਈਮ ਤੁਹਾਨੂੰ ਅਸੀਂ ਪ੍ਰੋਗਰਾਮ ਦਿੰਦੇ ਰਹਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ। ਫਿਲਹਾਲ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਜੇਕਰ ਤੁਹਾਡੀ ਸਟੇਟ ਦੇ ਵਿੱਚ ਵੀ ਹੋ ਰਹੀਆਂ ਹਨ ਅਜਿਹੀਆਂ ਕੁਝ
harkeerat@justbroadcasting.com ਦੇ ਉੱਤੇ। ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਮੈਨੂੰ ਦਵੋ ਇਜਾਜ਼ਤ, ਧੰਨਵਾਦ, ਸਤਿ ਸ਼੍ਰੀ ਅਕਾਲ।